ਸ਼੍ਰੀਕਾਲ ਜੀ ਮੈਂ ਹਾਂ ਇੰਦਰਪ੍ਰੀਤ ਕੌਰ ਔਰ ਹਾਜ਼ਰ ਆ ਸ਼ੋਅ ਲੈ ਕੇ ਗੂੰਜ ਵਿਦੇਸ਼ ਦੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਫੋਰਨ ਸਟੱਡੀ ਦੀ ਜਾਂ ਫਿਰ ਵਿਦੇਸ਼ ਦੇ ਵਿੱਚ ਜਾ ਕੇ ਪੜ੍ਹਾਈ ਦੀ ਤਾਂ ਸਭ ਤੋਂ ਪਹਿਲੇ ਜਿਹੜੀ ਕੰਟਰੀ ਦਾ ਨਾਮ ਆਉਂਦਾ ਉਹ ਹੈ ਦਿਮਾਗ ਦੇ ਵਿੱਚ ਕੈਨੇਡਾ ਦਾ ਕੈਨੇਡਾ ਦੇ ਵਿੱਚ ਸਟੱਡੀ ਬੇਸ ਦੇ ਵਿੱਚ ਜਾਣ ਲਈ ਬਹੁਤ ਸਾਰੇ ਸਟੂਡੈਂਟਸ ਇੰਟਰਸਟਿਡ ਰਹਿੰਦੇ ਆ ਪਰ ਕਦੇ ਕਦੇ ਕੁਝ ਚੀਜ਼ਾਂ ਦੇ ਜਵਾਬ ਨਹੀਂ ਮਿਲਦੇ ਜਾਂ ਫਿਰ ਕੁਝ ਕੁਐਰੀਜ਼ ਹੁੰਦੀਆਂ ਜਿਹੜੀਆਂ ਕਲੀਅਰ ਨਹੀਂ ਹੁੰਦੀਆਂ ਅੱਜ ਦਾ ਸਾਡਾ ਸ਼ੋਅ ਹੈਗਾ ਸਟੱਡੀ ਬੇਸ ਤੇ ਕੈਨੇਡਾ ਜਾਣ ਵਾਸਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਲੋਇਰ ਜਸਪਾਲ ਸਿੰਘ ਜੀ ਕੈਨਵਲ ਤੋਂ ਐਂਡ ਕਮਲਪ੍ਰੀਤ ਸਿੰਘ ਜੀ ਜੋ ਕਿ ਹੈ ਨਾਰਥਰਨ ਲਾਈਟਸ ਕਾਲਜ ਬੀਸੀ ਤੋਂ ਵੈਲਕਮ ਟੂ ਆਰ ਸ਼ੋਅ ਜਸਪਾਲ ਜੀ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਲਈ ਹੈ ਸਟੱਡੀ ਬੇਸ ਤੇ ਕੈਨੇਡਾ ਜਾਣਾ ਹਰ ਬੱਚੇ ਦੀ ਡ੍ਰੀਮ ਹੁੰਦੀ ਹੈ ਤੁਸੀਂ ਕੀ ਡਿਸਕ੍ਰਾਈਬ ਕਰੋਗੇ ਸਟੱਡੀ ਬੇਸ ਤੇ ਕੈਨੇਡਾ ਜਾਣਾ ਕੀ ਰਿਕੁਆਇਰਮੈਂਟਸ ਹੁੰਦੀਆਂ ਹਨ ਕੀ ਇਹਦੇ ਪ੍ਰੋਸਪੈਕਟਸ ਹੈਗੇ ਆ ਸਤਿ ਸ਼੍ਰੀ ਅਕਾਲ ਜੀ ਇੰਦਰ ਜੀ ਸਭ ਤੋਂ ਪਹਿਲੇ ਹੀ ਜਿਹੜੀ ਗੱਲ ਆ ਜਦੋਂ ਵੀ ਕੈਨੇਡਾ ਜਾਂ ਕਿਤੇ ਅਬਰੋਡ ਸਟੱਡੀ ਦੀ ਗੱਲ ਆਉਂਦੀ ਆ ਤਾਂ ਸਟੂਡੈਂਟ ਲਈ ਸਭ ਤੋਂ ਜ਼ਰੂਰੀ ਹੈ ਕਿ ਉਹ ਉਹਦੇ ਲਈ ਪ੍ਰੋਪਰ ਹੋਮਵਰਕ ਕਰੇ ਤਾਂ ਕਈ ਵਾਰੀ ਜਿਹੜਾ ਕੈਰੀਅਰ ਤੋਂ ਚੀਜ਼ਾਂ ਹਟ ਜਾਂਦੀਆਂ ਐਂਡ ਏਮ ਉਹ ਚੀਜ਼ ਅਸੀਂ ਅਚੀਵ ਨਹੀਂ ਕਰ ਸਕਦੇ ਇਸ ਲਈ ਸਭ ਤੋਂ ਜ਼ਰੂਰੀ ਜਦੋਂ ਵੀ ਪਲੱਸ ਟੂ ਬੱਚਾ ਜਾਂ ਗ੍ਰੈਜੂਏਟ ਜਿਹੜਾ ਬੱਚਾ ਆ ਡਿਸਾਈਡ ਕਰਦਾ ਤਾਂ ਉਹਨੂੰ ਇੱਕ ਤਾਂ ਇਹ ਦੇਖਣਾ ਪਏਗਾ ਕਿ ਉਹਦੀ ਜਿਹੜੀ ਪ੍ਰੈਜੈਂਟ ਸਟੱਡੀਜ਼ ਆ ਉਹ ਉਸ ਤੋਂ ਅੱਗੇ ਜਿਹੜੀ ਫਰਦਰ ਉਹਨੇ ਸਟੱਡੀਜ਼ ਲੈਣੀ ਆ ਉਹ ਕਿਸ ਕੰਟਰੀ 'ਚ ਬੈਟਰ ਹੋ ਸਕਦੀ ਆ ਐਂਡ ਉਹ ਕਿੱਦਾਂ ਰੈਲੀਵੈਂਟ ਹੋ ਸਕਦੀ ਆ ਜੇ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਪਲੱਸ ਟੂ ਬੱਚੇ ਲਈ ਉਹਨੂੰ ਸਭ ਤੋਂ ਪਹਿਲਾਂ ਇੱਕ ਆਇਲਸ ਦੀ ਤਿਆਰੀ ਕਰਨੀ ਪੈਗੀ ਜਿਹਦੇ 'ਚ ਉਹਨੂੰ 6 ਬੈਂਡਸ ਹਾਸਲ ਕਰਨੇ ਪੈਂਦੇ ਆ ਐਂਡ 5.5 ਈਚ ਉਸ ਤੋਂ ਘੱਟ ਨਹੀਂ ਹੋਣੇ ਚਾਹੀਦੇ ਇਹ ਜ਼ਰੂਰੀ ਆ ਮਤਲਬ ਅਦਰਵਾਈਜ਼ ਉਹਦੀ ਫਾਈਲ ਐਲੀਜੀਬਲ ਨਹੀਂ ਹੁੰਦੀ ਕੈਨੇਡਾ ਲਈ ਸੈਕਿੰਡਲੀ ਉਹਨੂੰ ਫਾਈਨੈਂਸ਼ੀਅਲ ਥੋੜ੍ਹੀ ਪਲੈਨਿੰਗ ਜ਼ਰੂਰ ਕਰਨੀ ਪਏਗੀ ਕਿ ਜਿੰਨਾ ਬਜਟ ਹੈਗਾ ਉਹ ਕਿਸ ਤਰ੍ਹਾਂ ਅਰੇਂਜ ਹੋਣਾ ਆ ਉਹ ਕਿਉਂਕਿ ਉਹਨਾਂ ਰੈਡੀ ਹੋਣਾ ਚਾਹੀਦਾ ਤਾਂ ਇਹ ਚੀਜ਼ਾਂ ਉਹ ਟਾਈਮਲੀ ਹੋ ਸਕਦੀਆਂ ਮਤਲਬ ਅਗਰ ਤੁਸੀਂ ਕੈਨੇਡਾ ਜਾਣ ਲਈ ਆਪਣਾ ਮਾਈਂਡ ਪ੍ਰਿਪੇਅਰ ਕਰ ਰਹੇ ਹੋ ਤਾਂ ਸਭ ਤੋਂ ਪਹਿਲੀ ਚੀਜ਼ ਆਇਲਸ ਐਂਡ ਉਸ ਤੋਂ ਬਾਅਦ ਤੁਸੀਂ ਆਪਣੇ ਫਾਈਨੈਂਸ਼ੀਅਲ ਐਸਪੈਕਟਸ ਨੂੰ ਦੇਖਣਾ ਤਾਂ ਕਿ ਤੁਸੀਂ ਇਹ ਸੋਚ ਸਕੋ ਕਿ ਤੁਸੀਂ ਇੰਨੇ ਪੈਸੇ ਹੈਗੇ ਕਿ ਤੁਸੀਂ ਵਿਦੇਸ਼ ਜਾ ਕੇ ਪੜ੍ਹਾਈ ਕਰ ਸਕੋ ਬਿਲਕੁਲ ਇਹ ਗੱਲ ਜ਼ਰੂਰੀ ਹੈ ਜੀ ਕਈ ਵਾਰੀ ਬੱਚੇ ਆਇਲਸ ਕਰ ਲੈਂਦੇ ਆ ਬੱਚਿਆਂ ਦੇ ਮਾਰਕਸ ਵੀ ਹੁੰਦੇ ਆ ਐਂਡ ਉਹ ਕੁਐਰੀਜ਼ ਲਈ ਵੀ ਆਉਂਦੇ ਆ ਲੇਕਿਨ ਜਿੰਨਾ ਫਾਈਨੈਂਸ਼ੀਅਲ ਪਾਰਟ ਚਾਹੀਦਾ ਹੁੰਦਾ ਉਹ ਪਲੈਨ ਨਹੀਂ ਹੁੰਦਾ ਤੇ ਉਹ ਚੀਜ਼ਾਂ ਵਿੱਚੇ ਰਹਿ ਜਾਂਦੀਆਂ ਨਹੀਂ ਡਿਸਾਈਡ ਹੋ ਪਾਉਂਦੀਆਂ ਜਿਹੜੀ ਫਾਈਨੈਂਸ਼ੀਅਲ ਸਪੋਰਟ ਦੀ ਗੱਲ ਕਰ ਰਹੇ ਹਾਂ ਅਸੀਂ ਇਸ ਦੇ ਵਿੱਚ ਕਿਹੜੇ ਕੀ ਚੀਜ਼ਾਂ ਇੰਕਲੂਡਿਡ ਹੁੰਦੀਆਂ ਕੀ ਬੱਚੇ ਲੋਨਸ ਲੈ ਕੇ ਜਾ ਸਕਦੇ ਆ ਜਾਂ ਫਿਰ ਕੁਝ ਸਪੈਸੀਫਿਕ ਕ੍ਰਾਈਟੇਰੀਆ ਇਹਦਾ ਵੀ ਬਿਲਕੁਲ ਬਿਲਕੁਲ ਜਿਹੜਾ ਉਹਦੇ 'ਚ ਬੱਚੇ ਜਿਹੜਾ ਫਾਈਨੈਂਸ਼ੀਅਲ ਉਹਨਾਂ ਨੇ ਅਰੇਂਜ ਕਰਨਾ ਉਹਦੇ 'ਚ ਕਿਉਂਕਿ ਇੱਕ ਸਮੈਸਟਰ ਦੀ ਫੀਸ ਚਾਹੀਦੀ ਹੁੰਦੀ ਆ ਪਲੱਸ ਉਹਨੂੰ ਲਿਵਿੰਗ ਕੋਸਟ ਲਈ ਕੁਝ ਅਮਾਊਂਟ ਹੈਗਾ ਜਿਹੜਾ ਫਿਕਸ ਕੀਤਾ ਆ ਉਹ ਅਰੇਂਜ ਕਰਨਾ ਹੁੰਦਾ ਉਹ ਲੋਨ ਤੋਂ ਵੀ ਹੋ ਸਕਦਾ ਲੇਕਿਨ ਇਹਦੇ 'ਚ ਜਿਹੜੀ ਸ਼ੋਅ ਮਨੀ ਦੇ ਪੁਆਇੰਟ 'ਤੇ ਹੈਗੀ ਆ ਉਹ ਸਿਰਫ ਜੀ ਆਈ ਸੀ ਦੀ ਸ਼ੇਪ 'ਚ ਹੀ ਹੁੰਦਾ ਅਦਰਵਾਈਜ਼ ਸ਼ੋਅ ਕਰਨ ਦੀ ਲੋੜ ਨਹੀਂ ਪੈਂਦੀ ਜਸਪਾਲ ਜੀ ਤੁਸੀਂ ਜੀ ਆਈ ਸੀ ਦੀ ਗੱਲ ਕੀਤੀ ਹੈ ਮੈਂ ਚਾਹੂੰਗੀ ਕਿ ਤੁਸੀਂ ਜੀ ਆਈ ਸੀ ਨੂੰ ਥੋੜ੍ਹਾ ਜਿਹਾ ਐਕਸਪਲੇਨ ਕਰ ਸਕੋ ਤਾਂ ਕਿ ਸਾਡੇ ਜਿਹੜੇ ਵੀ ਦਰਸ਼ਕ ਹੈ ਉਹਨਾਂ ਨੂੰ ਪਤਾ ਲੱਗ ਜਾਏ ਕਿ ਜੀ ਆਈ ਸੀ ਐਗਜੈਕਟਲੀ ਹੁੰਦਾ ਕੀ ਹੈ ਇਹਦੇ 'ਚ ਇਸ ਤਰ੍ਹਾਂ ਜੀ ਇੱਕ ਪ੍ਰੋਵੀਜ਼ਨ ਆ ਜਿਹਦੇ 'ਚ ਬੱਚਾ ਆਪਣੀ ਲਿਵਿੰਗ ਕੋਸਟ ਜਿਹੜੀ ਇੱਕ ਸਾਲ ਦੀ ਆ ਉਹ ਪਰਟੀਕੁਲਰ ਅਮਾਊਂਟ ਉਹਨਾਂ ਨੇ 10,000 ਕੈਨੇਡੀਅਨ ਡਾਲਰ ਫਿਕਸ ਕੀਤੀ ਆ ਓਕੇ ਐਂਡ ਉਹ ਪਰਟੀਕੁਲਰ ਅਮਾਊਂਟ ਕੈਨੇਡੀਅਨ ਬੈਂਕ 'ਚ ਟ੍ਰਾਂਸਫਰ ਕਰਨੀ ਪੈਂਦੀ ਆ ਪਹਿਲਾਂ ਤੋਂ ਹੀ ਵੀਜ਼ੇ ਤੋਂ ਪਹਿਲਾਂ ਹੀ ਇਸ ਤੋਂ ਇਲਾਵਾ ਉਹਨੂੰ ਕੋਈ ਚੀਜ਼ ਹੋਰ ਸ਼ੋਅ ਨਹੀਂ ਕਰਨੀ ਪੈਂਦੀ ਕਿ ਉਹ ਜ਼ਿਆਦਾ ਡਾਕੂਮੈਂਟਸ ਨਹੀਂ ਸ਼ੋਅ ਕਰਨੇ ਪੈਂਦੇ ਜਿਸ ਤਰ੍ਹਾਂ ਬਾਕੀ ਕੰਟਰੀਜ਼ ਹੁੰਦਾ ਕਿ 20 ਲੱਖ ਸ਼ੋਅ ਕਰੋ ਜਾਂ 15 ਲੱਖ ਸ਼ੋਅ ਕਰੋ ਇਹਦੇ 'ਚ ਫਿਰ ਬਾਕੀ ਚੀਜ਼ਾਂ ਨਹੀਂ ਹੁੰਦੀਆਂ ਜੀ ਆਈ ਸੀ ਤੋਂ ਇਲਾਵਾ ਤੁਹਾਨੂੰ ਬਸ ਟਿਊਸ਼ਨ ਫੀਸ ਜੋ ਕਿ ਇੱਕ ਸਮੈਸਟਰ ਦੀ ਉਹ ਦੇਣੀ ਹੈ ਐਂਡ ਤੁਸੀਂ ਉੱਥੇ ਜਾ ਸਕਦੇ ਹੋ ਜੀ ਬਿਲਕੁਲ ਜੇ ਗੱਲ ਕਰੀਏ ਅਸੀਂ ਬੀ ਸੀ ਦੀ ਬਿਊਟੀਫੁਲ ਬੀ ਸੀ ਕਹਿੰਦੇ ਆ ਨਾਰਥਰਨ ਲਾਈਟਸ ਬੀ ਸੀ ਦੇ ਵਿੱਚ ਹੀ ਹੈ ਮੈਨੂੰ ਦੱਸੋ ਤੁਹਾਡੇ ਕੈਂਪਸ ਕਿੰਨੇ ਹੈਗੇ ਆ ਐਂਡ ਕਿੰਨੀ ਸਾਰੀ ਫੈਸਿਲਿਟੀਜ਼ ਤੁਹਾਡੇ ਕਾਲਜ ਦੇ ਵਿੱਚ ਹੈ ਜਿੱਦਾਂ ਅਸੀਂ ਗੱਲ ਕਰੀਏ ਨਾਰਥਰਨ ਲਾਈਟਸ ਕਾਲਜ ਦੀ ਸਭ ਤੋਂ ਪਹਿਲੀ ਗੱਲ ਇਹ ਕਹਿ ਸਕਦੇ ਹਾਂ SPP ਕਾਲਜ ਆ ਜਿੱਦਾਂ ਇਹਨਾਂ ਨੇ ਆਪਣੇ ਜਸਪਾਲ ਜੀ ਨੇ ਗੱਲ ਕੀਤੀ ਕਿ GAC ਅਸੀਂ ਉਹਨਾਂ ਦੇ ਕਾਲਜ ਦੇ ਨਾਲ ਰਿਲੇਟ ਕਰਦੇ ਹਾਂ ਜੋ SPP ਦੇ ਅੰਡਰ ਆਉਂਦੇ ਨੇ ਤਾਂ ਇਹ ਕਾਲਜ ਦੇ ਅੰਦਰ SPP ਰੂਲ ਚੱਲਦਾ ਮਤਲਬ SPP ਦੇ ਅੰਡਰ ਇਹ ਕਾਲਜ ਆਉਂਦਾ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਇਹਦੇ ਨਾਲ ਅਸੀਂ ਕਹਿ ਸਕਦੇ ਹਾਂ ਗਵਰਨਮੈਂਟ ਕਾਲਜ ਕਮਿਊਨਿਟੀ ਕਾਲਜ ਕਿਹਾ ਜਾਂਦਾ ਇਹ ਕੈਨੇਡਾ ਦਾ ਕਮਿਊਨਿਟੀ ਕਾਲਜ ਆ ਪਲੱਸ ਜਿੱਦਾਂ ਤੁਸੀਂ ਹੁਣ ਗੱਲ ਕਰ ਰਹੇ ਸੀ ਕੈਂਪਸ ਦੀ ਸਾਡੇ ਕੋਲ ਆਪਣੇ 7 ਕੈਂਪਸ ਨੇ ਟੋਟਲ 7 ਕੈਂਪਸ ਨੇ ਸਾਡੇ ਕੋਲ ਤੇ ਉਹਨਾਂ 'ਚੋਂ ਜਿਹੜੇ ਮੇਜਰ ਕੈਂਪਸ ਨੇ ਉਹ ਹੈਗੇ ਨੇ 2 ਮੇਨ ਸਿਟੀਜ਼ ਵਿੱਚ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ 2 ਮੇਨ ਸਿਟੀਜ਼ ਨੇ ਫੋਰਟ ਸੇਂਟ ਜੌਨ ਤੇ ਡੌਸਨ ਕ੍ਰੀਕ ਉਹ ਦੋਨੋਂ ਮੇਜਰ ਸਿਟੀਜ਼ ਕਿਹਾ ਜਾਂਦੀਆਂ ਸਭ ਤੋਂ ਪਹਿਲੀ ਗੱਲ ਉਹ ਸਿਟੀਜ਼ ਜਿਹੜੀਆਂ ਨੇ 0% ਅਨਇੰਪਲੋਇਮੈਂਟ ਏਰੀਆ ਨੇ ਉਹ ਸਿਟੀਜ਼ ਦੇ ਵਿੱਚ ਹੁਣ 0% ਅਨਇੰਪਲੋਇਮੈਂਟ ਏਰੀਆ ਮਤਲਬ ਕੀ ਹੋਇਆ ਕਿ ਜਿੰਨੇ ਵੀ ਉੱਥੇ ਸਟੂਡੈਂਟ ਜਾਏਗਾ ਉਹਨਾਂ ਨੂੰ ਜੋਬਸ ਈਜ਼ੀਲੀ ਮਿਲਦੀਆਂ ਉੱਥੇ ਇਹ ਰੀਜ਼ਨ ਹੈ ਅਸੀਂ ਉਹਨੂੰ 0% ਅਨਇੰਪਲੋਇਮੈਂਟ ਏਰੀਆ ਪਲੱਸ ਹੁਣ ਅਸੀਂ ਕਹਿੰਦੇ ਹੀ ਕਿਉਂ ਇਸ ਚੀਜ਼ ਨੂੰ ਦਾ ਮੇਨ ਥਿੰਗ ਇਜ਼ ਕਿ ਉਹ ਸਿਟੀ ਦੇ ਅੰਦਰ ਆਇਲ ਐਂਡ ਗੈਸ ਰਿਫਾਈਨਰੀਜ਼ ਨੇ ਠੀਕ ਹੈ ਉਹ ਰਿਫਾਈਨਰੀਜ਼ ਦੇ ਵਜ੍ਹਾ ਤੋਂ ਕੀ ਹੁੰਦਾ ਕਿ ਉੱਥੇ ਜੋਬਸ ਅਵੇਲੇਬਿਲਿਟੀ ਸਭ ਤੋਂ ਜ਼ਿਆਦਾ ਹੋ ਜਾਂਦੀ ਹੈ
ਉਸ ਤੋਂ ਬਾਅਦ ਰਿਫਾਈਨਰੀਜ਼ ਹੈ ਹੁਣ ਇਹ ਨਹੀਂ ਹੈ ਕਿ ਬੱਚਾ ਜਾ ਕੇ ਉੱਥੇ ਪ੍ਰੈਕਟੀਕਲ ਕੰਮ ਹੀ ਕਰੇਗਾ ਫਿਜ਼ੀਕਲ ਕੰਮ ਕਰੇਗਾ ਸਾਡੇ ਕੋਲ ਉੱਥੇ ਮੈਨੇਜਮੈਂਟ ਵੀ ਹੁੰਦੀ ਹੈ ਰਿਫਾਈਨਰੀਜ਼ ਹੈ ਅਗਰ ਕੋਈ ਕੰਪਨੀ ਤਾਂ ਉਹਦਾ ਮੈਨੇਜਮੈਂਟ ਵੀ ਹੁੰਦੀ ਹੈ ਉਹਦੇ ਨਾਲ ਰਿਲੇਟਿਡ ਹੀ ਸਾਡੇ ਕੋਲ ਕੋਰਸਿਸ ਨੇ ਮੈਨੇਜਮੈਂਟ ਦੇ ਸਭ ਤੋਂ ਹਾਈਐਸਟ ਜਿਹੜੀ ਕਿ ਅਗਰ ਆਪਾਂ ਗੱਲ ਕਰੀਏ ਫੋਰਟ ਸਿੰਘ ਜੋਨ ਸਿਟੀ ਦੀ ਸਭ ਤੋਂ ਹਾਈਐਸਟ ਜੋਬਸ ਜਿਹੜੀਆਂ ਸਭ ਤੋਂ ਜ਼ਿਆਦਾ ਮਿਲਦੀਆਂ ਉਹ ਮਿਲਦੀਆਂ ਮੈਨੇਜਮੈਂਟ ਦੇ ਵਿੱਚ ਕਮਿੰਗ ਬੈਕ ਟੂ ਮਾਈ ਕਾਲਜ ਕਾਲਜ ਦੇ ਕੋਲ ਮੇਰੇ ਕੋਲ ਮੈਕਸੀਮਮ ਜਿਹੜੇ ਕੋਰਸਿਸ ਨੇ ਮੈਨੇਜਮੈਂਟ ਦੇ ਕੋਰਸਿਸ ਨੇ ਕਿਉਂ ਨੇ ਕਿਉਂਕਿ ਇੱਕ ਇਹਨਾਂ ਨੇ ਡਿਲੇਟ ਕੀਤਾ ਹੋਇਆ ਕਿ ਅਗਰ ਸਾਨੂੰ ਇੱਕ ਏਰੀਆ ਦੇ ਵਿੱਚ ਸਾਨੂੰ ਮੈਨੇਜਰ ਚਾਹੀਦੇ ਨੇ ਉਹਨਾਂ ਨੇ ਉਸ ਤਰ੍ਹਾਂ ਦੇ ਹੀ ਕੋਰਸਿਸ ਰੱਖੇ ਹੋਏ ਨੇ ਜਿੱਦਾਂ ਕਿ ਗੱਲ ਕਰੀਏ ਹੁਣ ਅਸੀਂ ਸਭ ਤੋਂ ਪਹਿਲਾਂ ਕੋਰਸ ਆ ਜਾਂਦਾ ਮੇਰੇ ਕੋਲ ਪੀ ਜੀ ਡਿਪਲੋਮਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਪਲੱਸ ਟੂ ਜਿਵੇਂ ਜਿਨ੍ਹਾਂ ਨੇ ਬੀ ਲਾਈਕ ਬੀ ਬੀ ਏ ਕੀਤੀ ਹੈ ਬੀ ਕੌਮ ਕੀਤੀ ਹੈ ਈਵਨ ਐਮ ਬੀ ਏ ਵਾਲੇ ਸਟੂਡੈਂਟਸ ਉਹ ਵੀ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਇੱਦਾਂ ਦੇ ਕਾਫੀ ਕੋਰਸਿਸ ਅਵੇਲੇਬਲ ਨੇ ਸੋ ਜੋਬ ਜੇਕਰ ਗੱਲ ਕਰੀਏ ਤਾਂ ਦੇਖੋ ਅਗਰ ਇੱਥੋਂ ਦੀ ਸਟੂਡੈਂਟ ਬਾਹਰ ਜਾ ਰਿਹਾ ਅਗਰ ਉਹ ਪੈਸੇ ਸਪੈਂਡ ਕਰਕੇ ਜਾ ਰਿਹਾ ਉਹਦਾ ਮੇਨ ਮੋਟਿਵ ਹੁੰਦਾ ਕਿ ਮੈਨੂੰ ਜੋਬ ਵੀ ਉੱਥੇ ਚਾਹੀਦੀ ਹੈ ਠੀਕ ਹੈ ਨਾ ਤਾਂ ਜੋਬ ਦੇ ਮਾਮਲੇ 'ਚ ਸਭ ਕੁਝ ਅਵੇਲੇਬਲ ਹੈ ਉੱਥੇ 0% unemployment area that means ਜਿਹੜਾ ਵੀ ਬੱਚਾ ਉੱਥੇ ਜਾ ਰਿਹਾ ਆਪਣੀ ਸਟੱਡੀ ਕੰਪਲੀਟ ਕਰ ਰਿਹਾ ਅੱਛੇ ਤਰੀਕੇ ਨਾਲ ਉਹਨੂੰ 100% ਜੋਬ ਜ਼ਰੂਰ ਮਿਲੇਗੀ ਸੋ ਇਟਸ ਜੋਬ ਸਿਕਿਉਰਡ ਏਰੀਆ ਯੈਸ ਪਰਫੈਕਟ ਅਗਰ ਗੱਲ ਕੀਤੀ ਜਾਏ ਨਾਰਦਰਨ ਲਾਈਟਸ ਐਜ਼ ਅ ਕਾਲਜ ਤੁਹਾਡੇ ਕਾਲਜ ਦੀ ਐਸ ਸੱਚ ਕੀ ਸਪੈਸ਼ਲਿਟੀ ਹੈ ਜੇ ਅਗਰ ਮੈਂ ਇੱਕ ਸਟੂਡੈਂਟ ਹੋਵਾਂ ਸਟੂਡੈਂਟ ਕਿਉਂ ਚੂਜ਼ ਕਰੇਗਾ ਕਿ ਉਹ ਨਾਰਦਰਨ ਲਾਈਟਸ ਜਾਏ ਸਭ ਤੋਂ ਪਹਿਲੀ ਗੱਲ ਦੇਖੋ ਤੁਸੀਂ ਅਗਰ ਸਪੈਸ਼ਲਿਟੀ ਦੀ ਗੱਲ ਕਰ ਰਹੇ ਹੋ ਸਭ ਤੋਂ ਮੇਨ ਜੋ ਹੈ ਉਹ ਹੈ ਦਾ ਫੀ ਸਟਰਕਚਰ ਸਾਡਾ ਜਿੱਦਾਂ ਮੈਂ ਤੁਹਾਨੂੰ ਗੱਲ ਕੀਤੀ ਇਟਸ ਅ ਗਵਰਨਮੈਂਟ ਕਮਿਊਨਿਟੀ ਕਾਲਜ ਸੋ ਵੀ ਹੈਵ ਦਾ ਮਤਲਬ ਸਾਡਾ ਜੋ ਫੀ ਸਟਰਕਚਰ ਹੈ ਸਭ ਤੋਂ ਘੱਟ ਹੈ ਕੈਨੇਡਾ 'ਚ ਹੋਰ ਕੋਈ ਕਾਲਜ ਨਹੀਂ ਹੈ ਜਿਹਦਾ ਇਹ ਕੰਪੈਰੇਟਿਵ ਫੀ ਸਟਰਕਚਰ ਹੋ ਸਕਦਾ ਇੱਥੇ ਸਾਡੇ ਕਾਲਜ ਦਾ ਫੀ ਸਟਰਕਚਰ ਹੈ 2,21,000 ਪਰ ਸਮੈਸਟਰ ਫੀਸ ਠੀਕ ਹੈ ਅਪਰੋਕਸੀਮੇਟਲੀ ਅਗਰ $4-4.25 ਪਰ ਸਮੈਸਟਰ ਪੈਂਦੀ ਹੈ ਫੀਸ ਪਰ ਸਮੈਸਟਰ ਸੋ ਅਗਰ 2 ਸਾਲ ਦੀ ਬੱਚਾ ਸਟੱਡੀ ਕਰਨ ਦਾ ਸੋਚ ਰਿਹਾ ਕੋਈ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਦਾ ਸੋਚ ਰਿਹਾ ਉਹਨੂੰ ਜਸਟ 8-9 ਲੱਖ ਰੁਪਏ ਸਪੈਂਡ ਕਰਨਾ ਪਏਗਾ ਪੂਰੇ 2 ਸਾਲ ਦੇ ਐਂਡ ਆਈ ਥਿੰਕ ਕਿ ਸਭ ਤੋਂ ਲੋਐਸਟ ਫੀ ਸਟਰਕਚਰ ਪੂਰੇ ਕੈਨੇਡਾ ਦੇ ਬਿਲਕੁਲ ਜਿੱਥੇ ਬਾਕੀ ਕਾਲਜਸ ਦੀ ਗੱਲ ਕੀਤੀ ਜਾਏ ਜਾਂ ਫਿਰ ਨਾਰਮਲ ਫੀ ਸਟਰਕਚਰ ਦੀ ਗੱਲ ਕੀਤੀ ਜਾਏ ਤੁਹਾਨੂੰ ਕਰੀਬਨ 16 ਲੱਖ ਚਾਹੀਦੇ 8,000 ਡਾਲਰ ਕਿਉਂਕਿ $4,000 ਪਰ ਸਮੈਸਟਰ ਲੱਗਦਾ ਐਂਡ ਤੁਹਾਡੀ ਫੀਸ ਬਿਲਕੁਲ ਹਾਫ ਹੈ ਉਹਦੀ ਇਹ ਤਾਂ ਬਹੁਤ ਹੀ ਅੱਛੀ ਚੀਜ਼ ਹੈ ਜਿਹੜੇ ਬੱਚੇ ਫਾਈਨੈਂਸ਼ੀਅਲੀ ਥੋੜੇ ਕੰਪਰੋਮਾਈਜ਼ਡ ਹੈ ਜਾਂ ਉਹਨਾਂ ਦਾ ਸੁਪਨਾ ਹੈ ਕਿ ਉਹ ਬਾਹਰ ਜਾ ਕੇ ਪੜ੍ਹਨ ਐਡਮਿਸ਼ਨ ਮਿਲੇ ਤਾਂ ਉੱਥੇ ਕੀ ਹੁੰਦਾ ਕਿ ਕਿਉਂ ਰੀਜ਼ਨ ਹੁੰਦਾ ਸੀ ਗਵਰਨਮੈਂਟ ਕਾਲਜ ਦੇ ਵਿੱਚ ਐਡਮਿਸ਼ਨ ਮਿਲੇ ਤਾਂ ਉਹਦਾ ਰੀਜ਼ਨ ਇਹੀ ਹੁੰਦਾ ਕਿ ਉੱਥੇ ਫੀ ਸਟਰਕਚਰ ਘੱਟ ਹੁੰਦੀ ਹੈ ਪਲੱਸ ਇੱਕ ਕਾਲਜ ਦੀ ਰੈਪੂਟੇਸ਼ਨ ਹੁੰਦੀ ਹੈ ਸੇਮ ਚੀਜ਼ਾਂ ਉੱਥੇ ਨੇ ਕਮਿਊਨਿਟੀ ਕਾਲਜ ਹੈ ਵਿਦ ਦ ਲੋਐਸਟ ਫੀ ਸਟਰਕਚਰ ਓਕੇ ਮਤਲਬ ਫੀਸ ਦਾ ਉਹਦੀ ਸਟੱਡੀਜ਼ ਦੇ ਕੰਪਰੋਮਾਈਜ਼ ਨਾਲ ਕੋਈ ਲਿੰਕ ਨਹੀਂ ਹੈ ਸਟੱਡੀਜ਼ ਉਸੇ ਲੈਵਲ ਤੇ ਮਿਲਣਗੀਆਂ ਤਾਂ ਹੀ 100% ਜੋਬ ਸਿਕਿਉਰਡ ਏਰੀਆ ਪਲੱਸ ਹੁਣ ਕਾਲਜ ਦੇ ਵਿੱਚ ਜ਼ਿਆਦਾਤਰ ਪ੍ਰੈਕਟੀਕਲ ਤੇ ਜ਼ੋਰ ਦਿੱਤਾ ਜਾਂਦਾ ਸਟੂਡੈਂਟ ਤੇ ਜਿੱਦਾਂ ਥਿਓਰੀਟੀਕਲ ਬਹੁਤ ਰੇਅਰ ਹੈ ਤੁਸੀਂ ਪਹਿਲੇ ਦਿਨ ਜਾਓਗੇ ਤੁਹਾਨੂੰ ਪਹਿਲੇ ਦਿਨ ਕੋਈ ਪ੍ਰੈਕਟੀਕਲ ਤੇ ਕਿਸੇ ਅਗਰ ਤੁਸੀਂ ਮੈਨੇਜਮੈਂਟ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਪ੍ਰੈਕਟੀਕਲ ਦਿਖਾਣਗੇ ਤੁਹਾਨੂੰ ਥਿਓਰੀਟੀਕਲ ਬਹੁਤ ਘੱਟ ਪ੍ਰੈਸ਼ਰ ਦਿੱਤਾ ਜਾਂਦਾ ਹੈ ਤੁਹਾਡੇ ਸੋ ਮਤਲਬ ਲਰਨਿੰਗ ਬਹੁਤ ਹੀ ਅੱਛੇ ਤਰੀਕੇ ਨਾਲ ਪ੍ਰੈਕਟੀਕਲੀ ਸਿਖਾਈ ਜਾਂਦੀ ਹੈ ਮੈਨੇਜਮੈਂਟ ਤੋਂ ਇਲਾਵਾ ਹੋਰ ਕਿਹੜੇ ਕੋਰਸਿਸ ਹੈ ਜਿਹੜੇ ਬੱਚੇ ਆਪਟ ਕਰ ਸਕਦੇ ਆ ਮੈਨੇਜਮੈਂਟ ਤੋਂ ਇਲਾਵਾ ਇੱਕ ਸਭ ਤੋਂ ਬਹੁਤ ਵਧੀਆ ਕੋਰਸ ਸਾਡੇ ਕੋਲ ਹੈ ਨਾਰਦਰਨ ਲਾਈਟਸ ਕਾਲਜ ਕੋਲ ਦੈਟ ਇਜ਼ AME ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਉਹਦੇ ਵਿੱਚ ਕੀ ਹੁੰਦਾ ਅਗਰ ਸਟੂਡੈਂਟ ਦਾ ਮੇਨ ਏਮ ਹੈ ਕਿ ਉਹਨੂੰ ਪਲੇਨਸ ਦੇ ਨਾਲ ਜਾਣਾ ਉਹਨੂੰ ਪਲੇਨਸ ਦੇ ਨਾਲ ਅਟੈਚ ਹੋਣਾ ਠੀਕ ਹੈ ਤਾਂ ਉਹਨਾਂ ਦੇ ਲਈ ਪਰਟੀਕੁਲਰ ਕੋਰਸ ਦਿੱਤਾ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਜਿੱਦਾਂ ਕਿ ਹੁਣ ਅਗਰ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਕਾਫੀ ਘੱਟ ਕਾਲਜਿਸ ਨੇ ਆਈ ਥਿੰਕ ਜਿਨ੍ਹਾਂ ਦੇ ਕੋਲ ਆਪਣਾ ਏਅਰ ਸਪੇਸ ਸੈਂਟਰ ਹੈ ਪਲੱਸ ਉਹਨਾਂ ਕੋਲ ਪਲੇਨਸ ਨੇ ਆਪਣੇ ਸਾਡੇ ਕੋਲ ਖੁਦ ਦਾ ਆਪਣਾ ਏਅਰ ਸਪੇਸ ਸੈਂਟਰ ਹੈ ਪਲੱਸ ਵੀ ਹੈਵ ਅਵਰ ਓਨ ਮਤਲਬ ਸਾਡੇ ਕੋਲ ਆਪਣੇ 4 ਪਲੇਨਸ ਐਂਡ 4 ਹੈਲੀਕਾਪਟਰਸ ਨੇ ਅਸੀਂ ਉਹਨਾਂ ਨੂੰ ਪ੍ਰੈਕਟੀਕਲ ਨੋਲੇਜ ਦਿੰਦੇ ਹਾਂ ਉਹਨਾਂ ਚੀਜ਼ਾਂ ਦੇ ਸੋ ਇਹ ਇੱਕ ਬੜਾ ਇੱਕ ਸਪੈਸ਼ਲਾਈਜੇਸ਼ਨ ਕੋਰਸ ਤੁਸੀਂ ਕਹਿ ਸਕਦੇ ਹੋ ਜਿਨ੍ਹਾਂ ਨੇ ਉੱਥੇ ਜਾ ਕੇ ਆਪਣਾ ਪਲੇਨ ਦੇ ਵਿੱਚ ਆਪਣਾ ਫਿਊਚਰ ਬਣਾਉਣਾ ਓਕੇ ਮਤਲਬ ਬਹੁਤ ਹੀ ਬ੍ਰਾਈਟ ਫਿਊਚਰ ਹੈ ਇਸ ਕੋਰਸ ਦੇ ਵਿੱਚ ਤੇ ਕਿਹੜੇ ਸਟੂਡੈਂਟਸ ਹੈ ਜੋ ਇਸ ਕੋਰਸ ਲਈ ਸਪੈਸਿਫਿਕਲੀ ਐਲੀਜੀਬਲ ਹੈ ਲਾਈਕ ਦੇਖੋ ਅਗਰ ਅਸੀਂ ਕੋਰਸਿਸ ਦੇ ਸਟੂਡੈਂਟ ਦੀ ਗੱਲ ਕਰੀਏ ਤਾਂ ਪਲੱਸ 2 ਨੋਨ ਮੈਡੀਕਲ ਸਟੂਡੈਂਟ ਉਹ ਵੀ ਅਪਲਾਈ ਕਰ ਸਕਦਾ ਫਿਰ ਬੀਟੈਕ ਮਕੈਨੀਕਲ ਸਟੂਡੈਂਟ ਅਪਲਾਈ ਕਰ ਸਕਦਾ ਬੀਟੈਕ ਆਟੋਮੋਬਾਈਲ ਸਟੂਡੈਂਟ ਅਪਲਾਈ ਕਰ ਸਕਦਾ ਡਿਪਲੋਮਾ ਮਕੈਨੀਕਲ ਕਰ ਸਕਦਾ ਡਿਪਲੋਮਾ ਆਟੋਮੋਬਾਈਲ ਕਰ ਸਕਦਾ ਓਕੇ ਮਤਲਬ ਬੀਟੈਕ ਇਹ ਜਿਹੜਾ ਕੋਰਸ ਹੈ ਇਹਨਾਂ ਦੇ ਵਿੱਚ ਸਿਰਫ ਸਾਡੇ ਕੋਲ 17 ਸੀਟਸ ਅਵੇਲੇਬਲ ਹੁੰਦੇ ਆ ਪਰ ਸਮੈਸਟਰ ਕਿਉਂਕਿ ਬੜੇ ਲਿਮਿਟਿਡ ਸਟੂਡੈਂਟ ਜਾਂਦੇ ਨੇ ਕੋਰਸ ਲੈ ਕੇ ਕਿਉਂਕਿ ਪਰਟੀਕੁਲਰ ਸਪੈਸ਼ਲਾਈਜੇਸ਼ਨ ਆ ਜਾਂਦੀ ਹੈ ਬਟ ਜਿਹੜਾ ਸਟੂਡੈਂਟ ਕਰ ਲੈਂਦਾ ਹੈ ਕੋਰਸ ਉਹਦਾ ਮਿਨੀਮਮ ਪੈਕੇਜ ਅਰਾਊਂਡ $45,000 ਲੱਗਦਾ ਹੀ ਲੱਗਦਾ ਅਗਰ ਉਹਦੇ ਕੋਲ ਸਕਿੱਲਸ ਹੈ ਤਾਂ ਵਾਕਈ ਮਤਲਬ ਇੰਟੈਲੀਜੈਂਟ ਬੱਚੇ ਅਗਰ ਏਅਰਕ੍ਰਾਫਟ ਇੰਜੀਨੀਅਰਿੰਗ 'ਚ ਬਹੁਤ ਜ਼ਿਆਦਾ ਇੰਟਰਸਟਿਡ ਹੈਗੇ ਆ ਇੱਕ ਤਾਂ ਉਹਨਾਂ ਨੂੰ ਜੋਬ ਸਿਕਿਉਰਿਟੀ ਮਿਲੇਗੀ ਪਲੱਸ ਹੈ ਉਹਨਾਂ ਦੇ ਇੰਟਰਸਟ ਦੀ ਫੀਲਡ ਹੈ ਐਂਡ ਫੀ ਸਟਰਕਚਰ ਇੰਨਾ ਘੱਟ ਹੈ ਸੋ ਤੁਸੀਂ ਉਸ ਕਾਲਜ ਦੇ ਵਿੱਚ ਪ੍ਰੈਫਰ ਕਰ ਸਕਦੇ ਹੋ ਆਪਣੇ ਆਪ ਨੂੰ ਜਸਪਾਲ ਜੀ ਮੇਰਾ ਅਗਲਾ ਸਵਾਲ ਤੁਹਾਡੇ ਤੋਂ ਹੈ
ਜਿਵੇਂ ਕਿ ਸਟੂਡੈਂਟਸ ਦੀ ਹਮੇਸ਼ਾ ਤੋਂ ਸੋਚ ਰਹਿੰਦੀ ਹੈ, ਮੈਂ ਹੁਣੇ ਵੀ ਕਿਹਾ ਕਿ ਅਸੀਂ ਟੋਰਾਂਟੋ ਸਾਈਡ ਹੀ ਜਾਣਾ ਜਾਂ ਅਸੀਂ ਵੈਨਕੂਵਰ ਸਾਈਡ ਹੀ ਜਾਣਾ, ਕਿ ਇਹ ਸੋਚ ਦੇ ਵਿੱਚ ਥੋੜਾ ਬਦਲਾਵ ਹੋਇਆ? ਜਿਵੇਂ ਕਿ ਨਾਰਦਰਨ ਲਾਈਟਸ ਇੱਕ ਡਿਫਰੈਂਟ ਤਰੀਕੇ ਦਾ ਕੈਂਪਸ ਹੈ, ਅਲੱਗ ਲੋਕੇਸ਼ਨ ਤੇ ਹੈ, ਕਿ ਬੱਚੇ ਹੁਣ ਪ੍ਰੈਫਰ ਕਰਦੇ ਹੈ, ਕਿ ਇਹ ਸੋਚ ਬਦਲੀ ਹੈ ਥੋੜੀ ਜਿਹੀ ਜਾਂ ਵਾਈਡ ਹੋਇਆ ਉਹਨਾਂ ਦਾ ਹੋਰਾਈਜ਼ਨ? ਇਹ ਗੱਲ ਫੈਕਟ ਹੈ ਇੰਦਰ ਜੀ, ਕਿ ਕਿਸੇ ਵੇਲੇ ਟ੍ਰੈਂਡ ਸੀਗਾ ਕਿ ਅਸੀਂ ਟੋਰਾਂਟੋ ਜਾਣਾ ਜਾਂ ਅਸੀਂ ਵੈਨਕੂਵਰ ਜਾਣਾ ਜਾਂ ਕਿਸੇ ਸਰੀ ਜਾਣਾ, ਰੀਜ਼ਨਸ ਹੁੰਦਾ ਸੀ ਕਿਉਂਕਿ ਉੱਥੇ ਉਹਨਾਂ ਦੇ ਕੋਈ ਨਾ ਕੋਈ ਰਿਲੇਟਿਵਸ ਜਾਂ ਉਹਨਾਂ ਦੇ ਕੋਈ ਨਾ ਕੋਈ ਫਰੈਂਡ ਸਰਕਲ ਆਲਰੇਡੀ ਗਿਆ ਹੁੰਦਾ ਸੀ, ਪਰ ਇਹ ਚੀਜ਼ ਜਿਹੜੀ ਆ ਹੁਣ ਹੌਲੀ ਹੌਲੀ ਬਦਲ ਰਹੀ ਹੈ, ਕਿਉਂਕਿ ਬੱਚੇ ਵੀ ਇਹ ਸੋਚ ਰਹੇ ਕਿ ਜਿੱਥੇ ਚੀਜ਼ਾਂ ਜ਼ਿਆਦਾ ਕਰਾਊਡ ਹੋ ਰਿਹਾ ਐਂਡ ਉੱਥੇ ਓਪਰਚੁਨਿਟੀਜ਼ ਨੋ ਡਾਊਟ ਜ਼ਿਆਦਾ ਹੁੰਦੀਆਂ, ਲੇਕਿਨ ਕਰਾਊਡ ਜ਼ਿਆਦਾ ਹੋਣ ਕਰਕੇ ਉੱਥੇ ਓਪਰਚੁਨਿਟੀਜ਼ ਉਨੀਆਂ ਉਸ ਹਿਸਾਬ ਨਾਲ ਨਹੀਂ ਰਹਿੰਦੀਆਂ, ਜਦਕਿ ਛੋਟੇ ਜਿਹੜੀਆਂ ਲੋਕੇਸ਼ਨਸ ਹੈਗੀਆਂ ਜਿਹਨਾਂ ਨੂੰ ਉੱਥੋਂ ਦੀ ਗੌਰਮੈਂਟ ਵੀ ਪ੍ਰਮੋਟ ਕਰ ਰਹੀ ਆ, ਰੀਜ਼ਨ ਬੀਇੰਗ ਕਿ ਉਹ ਉੱਥੋਂ ਦੀ ਗੌਰਮੈਂਟ ਵੀ ਚਾਹੁੰਦੀ ਆ ਕਿ ਕੈਨੇਡਾ ਜਿਹੜਾ ਓਵਰਆਲ ਚੀਜ਼ ਡਿਵੈਲਪ ਹੋਵੇ। ਇਸ ਤਰ੍ਹਾਂ ਜਦੋਂ ਅਸੀਂ ਕਿਸੇ ਮੇਨ ਸਿਟੀ ਤੋਂ ਹਟ ਕੇ ਕਿਸੇ ਲੋਕੇਸ਼ਨ ਨੂੰ ਚੂਜ਼ ਕਰਦੇ ਹਾਂ ਤਾਂ ਇੱਕ ਤਾਂ ਸਾਡੇ ਲਈ ਓਪਰਚੁਨਿਟੀਜ਼ ਬੈਟਰ ਹੋ ਜਾਂਦੀਆਂ, ਸੈਕਿੰਡ ਕੰਪੀਟੀਸ਼ਨ ਜਿਹੜਾ ਆ ਉੱਥੇ ਸਰਵਾਈਵ ਕਰਨ ਦਾ ਜਾਂ ਉੱਥੇ ਚੀਜ਼ਾਂ ਆਪਣੀ ਡਿਊਰਿੰਗ ਸਟੂਡੈਂਟਸ਼ਿਪ ਜਾਂ ਸਟੂਡੈਂਟਸ਼ਿਪ ਤੋਂ ਬਾਅਦ ਜਦੋਂ ਕੰਮ ਕਰਨਾ ਉਹ ਚੀਜ਼ਾਂ ਉਹ ਬੈਟਰ ਹੋ ਜਾਂਦੀਆਂ, ਉਨਾ ਕੰਪੀਟੀਸ਼ਨ ਨਹੀਂ ਹੁੰਦਾ, ਉਹ ਚੀਜ਼ ਨੂੰ ਸੌਖਿਆਂ ਫੇਸ ਕੀਤਾ ਜਾ ਸਕਦਾ। ਇਸ ਨੂੰ ਲੈ ਕੇ ਡੇ ਬਾਈ ਡੇ ਚੀਜ਼ਾਂ ਬਦਲ ਰਹੀਆਂ ਅਤੇ ਉਹ ਲੋਕੇਸ਼ਨਸ ਅਤੇ ਉਸ ਤਰ੍ਹਾਂ ਦੇ ਕਾਲਜਿਸ ਜ਼ਿਆਦਾ ਪ੍ਰਮੋਟ ਹੋ ਰਹੇ ਅੱਜ ਕੱਲ੍ਹ। ਮਤਲਬ ਬੱਚਿਆਂ 'ਚ ਹੌਲੀ ਹੌਲੀ ਅਵੇਅਰਨੈਸ ਆ ਰਹੀ ਹੈ ਕਿ ਉਹ ਡਿਫਰੈਂਟ ਸਿਟੀਜ਼ ਦੇ ਵਿੱਚ ਵੀ ਜਾ ਸਕਦੇ ਹੈ, ਕੈਨੇਡਾ ਦਾ ਮਤਲਬ ਸਿਰਫ ਟੋਰਾਂਟੋ ਜਾਂ ਫਿਰ ਸਿਰਫ ਵੈਨਕੂਵਰ ਨਹੀਂ ਹੈ, ਬਹੁਤ ਸਾਰੀ ਹੋਰ ਸਿਟੀਜ਼ ਹੈਗੀਆਂ, ਬਹੁਤ ਸਾਰੇ ਹੋਰ ਅੱਛੇ ਕਾਲਜਿਸ ਹੈਗੇ ਜਿਹੜੇ ਹੌਲੀ ਹੌਲੀ ਸਟੂਡੈਂਟਸ ਨੂੰ ਅਵੇਅਰਨੈਸ ਹੋ ਰਹੀ ਹੈ ਅਤੇ ਉੱਥੇ ਜਾ ਕੇ ਆਪਣਾ ਫਿਊਚਰ ਸਿਕਿਓਰ ਕਰ ਰਹੇ ਹੈ। ਇਸ ਤੋਂ ਇਲਾਵਾ ਅਗਰ ਸਟੂਡੈਂਟਸ ਨੂੰ ਡਾਊਟਸ ਹੁੰਦੇ ਹੈ ਤਾਂ ਉਹ ਕੁਐਰੀਜ਼ ਕਿੱਦਾਂ ਕਲੀਅਰ ਕਰਨ ਆਪਣੀਆਂ? ਸਭ ਤੋਂ ਪਹਿਲਾਂ ਤਾਂ ਸੋਰਸ ਇੰਟਰਨੈਟ ਹੀ ਅੱਜ ਕੱਲ੍ਹ ਜਿਹੜੀ ਹਰ ਜਗ੍ਹਾ ਅਵੇਲੇਬਲ ਆ ਐਂਡ ਹਰ ਬੱਚੇ ਕੋਲ ਉਹ ਚੀਜ਼ ਕਿਤੇ ਨਾ ਕਿਤੇ ਅਸੈਸ ਹੁੰਦੀ ਹੈ, ਉੱਥੋਂ ਚੀਜ਼ਾਂ ਚੈੱਕ ਕਰ ਸਕਦਾ, ਉੱਥੋਂ ਕਾਲਜਿਸ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦਾ ਕੋਰਸ ਜਿਹੜਾ ਹੈ ਉਹਦੀ ਡਿਊਰੇਸ਼ਨ, ਉਹਦੀ ਫੀਸ ਸਟਰਕਚਰ, ਐਵਰੀਥਿੰਗ, ਉਹ ਚੀਜ਼ ਉਹਨੂੰ ਦੇਖ ਲੈਣੀ ਚਾਹੀਦੀ ਆ। ਅਤੇ ਇਸ ਤੋਂ ਅੱਗੇ ਜਾ ਕੇ ਜਦੋਂ ਮਤਲਬ ਅਸੀਂ ਕੋਸ਼ਿਸ਼ ਕਰੀਦੀ ਆ ਮਤਲਬ ਆਪਣੇ ਵੱਲੋਂ ਵੀ ਆਪਣੀ ਕੰਪਨੀਜ਼ ਵੱਲੋਂ ਵੀ ਕਿ ਟਾਈਮ ਟੂ ਟਾਈਮ ਅਸੀਂ ਸੈਮੀਨਾਰਸ ਕਰੀਏ ਅਤੇ ਉਹ ਬੱਚਿਆਂ ਨੂੰ ਅਵੇਅਰ ਕਰਦੇ ਰਹੀਏ। ਕਾਲਜਿਸ ਵੱਲੋਂ ਵੀ ਜਿੱਦਾਂ ਅੱਜ ਗੱਲ ਕਰ ਰਹੇ ਹਾਂ, ਕਾਲਜਿਸ ਵੱਲੋਂ ਵੀ ਕਈ ਵਾਰੀ ਸੈਮੀਨਾਰਸ ਫਿਕਸ ਹੁੰਦੇ ਆ ਅਤੇ ਬੱਚੇ ਉੱਥੇ ਆ ਕੇ ਅਟੈਂਡ ਕਰ ਸਕਦੇ ਆ ਅਤੇ ਉਸ ਕੋਰਸ ਬਾਰੇ ਆਪਣੀ ਅਵੇਅਰਨੈਸ ਲੈ ਸਕਦੇ ਆ। ਜਸਪਾਲ ਜੀ, ਕਮਲ ਜੀ, ਤੁਸੀਂ ਕੈਨੇਡਾ ਬਾਰੇ ਬਹੁਤ ਸਾਰੀ ਨੌਲੇਜ ਸਾਨੂੰ ਦਿੱਤੀ, ਸਾਡੇ ਵਿਊਅਰਸ ਨੂੰ ਦਿੱਤੀ, ਸਟੱਡੀ ਬੇਸ ਦਾ ਜਿੰਨਾ ਵੀ ਕਲੀਅਰ ਪਿਕਚਰ ਤੁਸੀਂ ਦੇ ਸਕਦੇ ਸੀ ਅੱਜ ਦਿੱਤੀ, ਐਂਡ ਉਮੀਦ ਕਰਦੀ ਕਿ ਜਿੰਨੇ ਵੀ ਵਿਊਅਰਸ ਅੱਜ ਦੇਖ ਰਹੇ ਆ ਉਹਨਾਂ ਨੂੰ ਇੱਕ ਪਿਕਚਰ ਮਿਲੀ ਹੋਏਗੀ, ਉਹਨਾਂ ਨੂੰ ਇੱਕ ਨੌਲੇਜ ਮਿਲੀ ਹੋਏਗੀ ਕਿ ਜੇ ਉਹ ਕੈਨੇਡਾ ਜਾਣਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਕੀ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ, ਕਿਹੜੇ ਕਿਹੜੇ ਕੋਰਸਿਸ ਹੈਗੀ, ਕਿਹੜੀ ਕਿਹੜੀ ਆਪਸ਼ਨਸ ਹੈਗੀਆਂ। ਸੋ ਥੈਂਕ ਯੂ ਸੋ ਮੱਚ ਕਿ ਤੁਸੀਂ ਸਾਨੂੰ ਇੰਨੀ ਨੌਲੇਜ ਦਿੱਤੀ। ਅਗਲੇ ਐਪੀਸੋਡ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹੋਰ ਜਾਗਰੂਕ ਕਰਨ ਦੀ, ਹੋਰ ਬਹੁਤ ਸਾਰੀ ਕੰਟਰੀਜ਼ ਦੀ ਨੌਲੇਜ ਦੇਣ ਦੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।